ਕਿਸਾਨ ਪੰਜਾਬੀ ਸਭ ਰੰਗ ਟੀਵੀ ਤੋਂ ਇਹ ਅੱਜ ਆਏ ਹਾਂ ਜੀ ਅਸੀਂ ਪਾਰਕ ਵਿੱਚ ਤੇ ਆ ਬੱਚਾ ਛੋਟਾ ਜਿਹਾ ਦੇਖੋ ਇੱਥੇ ਹੈ ਚਿਪਸ ਵਗੈਰਾ ਨਿੰਬੂ ਵਗੈਰਾ ਵੇਚਦਾ ਅਤੇ ਰੋਜ਼ 1500-2000 ਰੁਪਇਆ ਕਮਾਉਂਦਾ ਅਤੇ ਬੜੀ ਖੁਸ਼ੀ ਹੋਈ ਅਸੀਂ ਬੱਚੇ ਨਾਲ ਮਿਲ ਕੇ ਅੱਲਾ ਪਾਕ ਦੇ ਕੰਮ 'ਚ ਤਰੱਕੀ ਤਾਂ ਫਰਮਾਵੇ ਅਤੇ ਇਹਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਮਾਂ ਬਾਪ ਦੀ ਖਿਦਮਤ ਕਰਨ ਦੀ ਤੋਫੀਕ ਤਾਂ ਇਹ ਜੀ ਮੁਹੰਮਦ ਅੰਸਰ ਸਾਹਿਬ ਨੇ ਇਹਨਾਂ ਦਾ ਇੱਥੇ ਪਕੌੜਿਆਂ ਦਾ ਕੰਮ ਇਹ ਅੰਸਰ ਸਾਹਿਬ ਕਿੰਨਾ ਤੁਹਾਡਾ ਪਕੌੜੇ ਕਿੰਨੇ ਵਿਕ ਜਾਂਦੇ ਆ ਜੀ ਅਤੇ ਕਿੰਨੇ ਪੈਸੇ ਕਮਾ ਲੈਂਦੇ ਹੋ 1000 ਬਸ ਨਹੀਂ 1000 800 ਤਾਂ ਬਹੁਤ ਥੋੜ੍ਹਾ ਹੈ ਵਾਪਸ ਆ ਨਹੀਂ ਤਾਂ ਸਾਡੀ ਬਚਤ ਕਰ ਲਈ ਅੱਛਾ ਅਤੇ ਆੜ ਅੱਛਾ 4-5 ਹਜ਼ਾਰ ਸੇਲ ਕਰਦੇ ਉਹਦੇ 'ਚ ਤੁਹਾਨੂੰ 1000-800 ਰੁਪਇਆ ਜਾਂ 1500 ਰੁਪਏ ਬਚ ਜਾਂਦਾ ਹਾਂਜੀ ਅਤੇ ਵੇਖੋ ਜੀ ਮਾਸ਼ਾਅੱਲਾ ਅਤੇ ਘਰ ਕਿੱਥੇ ਤੁਹਾਡਾ ਹਾਂ ਇੱਥੇ ਹੀ ਰਹਿੰਦੇ ਨੇ ਇਸ ਝੀਲ ਦੇ ਕੋਲ ਹੀ ਅਤੇ ਇਹ ਝੀਲ ਹੀ ਜਿਹੜੇ ਆਉਂਦੇ ਨੇ ਨਾ ਸੈਰ ਕਰਨ ਵਾਸਤੇ ਇਹ ਉਹਨਾਂ ਨੂੰ ਪਕੌੜੇ ਵੇਚਦੇ ਨੇ ਔਰ ਇਹਨਾਂ ਦਾ ਇੱਕ ਬੜਾ ਸੋਹਣਾ ਕਾਰੋਬਾਰ ਬਣਿਆ ਹੈ ਮੁਹੰਮਦ ਅੰਸਰ ਸਾਹਿਬ ਦਾ ਮਾਸ਼ਾਅੱਲਾ ਜੀ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਅਸਲਾਮੁਅਲੈਕੁਮ ਵਰਹਮਤੁਲਲਾਹਿ ਵਬਰਕਾਤੁਹੁ ਅਸਲਾਮੁਅਲੈਕੁਮ